ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼। ਮੈਂ ਤੁਹਾਡੇ ਨਾਲ ਗਗਨਦੀਪ ਕੌਰ। ਡੇਰਾਬੱਸੀ ਪੁਲਿਸ ਵੱਲੋਂ 7,50,00,000 ਦੀ ਹੈਰੋਇਨ ਬਰਾਮਦ। ਡੇਰਾਬੱਸੀ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਜਦੋਂ ਉਹਨਾਂ ਕੋਲ ਵੱਲੋਂ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 7,50,00,000 ਦੱਸੀ ਜਾ ਰਹੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ DSP ਡੇਰਾਬੱਸੀ ਗੁਰਬਖਸ਼ੀ ਸਿੰਘ ਮਾਨ ਨੇ ਦੱਸਿਆ ਕਿ SSP ਮੋਹਾਲੀ ਵਿਵੇਕਸ਼ੀਲ ਸੋਨੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਡੇਰਾਬੱਸੀ ਪੁਲਿਸ ਵੱਲੋਂ ਪਿੰਡ ਜਵਾਹਰਪੁਰ ਨੇੜੇ ਨੈਸ਼ਨਲ ਹਾਈਵੇ ਉੱਪਰ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਮਹਿਲਾ ਜਿਸਨੇ ਮੋਢੇ ਉੱਤੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਸੀ, ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ, ਜਿਸ ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਗਿਆ ਅਤੇ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਵਿੱਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹਨਾਂ ਨੇ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 7,50,00,000 ਰੁਪਏ ਦੱਸੀ ਜਾ ਰਹੀ ਹੈ। DSP ਗੁਰਬਖਸ਼ੀ ਸਿੰਘ ਮਾਨ ਨੇ ਦੱਸਿਆ ਕਿ ਡੇਰਾਬੱਸੀ ਪੁਲਿਸ ਵੱਲੋਂ ਉਕਤ ਮਹਿਲਾ ਸੋਮਾ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਸਲੇਮਪੁਰ ਜ਼ਿਲ੍ਹਾ ਜਗਰਾਉਂ ਖਿਲਾਫ NDPCS Act ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼। ਕੀ ਜਾਣਕਾਰੀ ਇਹਦੇ ਬਾਰੇ? ਇਹਦੇ ਬਾਰੇ ਇਹ ਹੈ ਜੀ, ਇੱਕ ਸੋਮਾ ਪਤਨੀ ਮੁਖਤਿਆਰ ਸਿੰਘ ਹੈ, ਵਾਸੀ ਸਲੇਮਪੁਰ ਥਾਣਾ ਜਗਰਾਉਂ। ਇਹ ਸਾਡੇ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ ਜਵਾਹਰਪੁਰ ਪਿੰਡ ਦੇ ਸਾਹਮਣੇ, ਜਿਹੜਾ ਕੱਟ ਬਣਿਆ ਹੋਇਆ। ਉੱਥੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਬਲਵਿੰਦਰ ਸਿੰਘ, ਸਬ ਇੰਸਪੈਕਟਰ ਦੀ ਪਾਰਟੀ। ਔਰ ਇਹਨਾਂ ਨੂੰ ਉਦੋਂ ਪਹਿਲਾਂ ਸੀਕਰਟ ਇਨਫੋਰਮੇਸ਼ਨ ਇਹ ਮਿਲੀ ਸੀਗੀ ਕਿ ਇਹ ਨਾਮ ਦੀ ਲੇਡੀ ਹੈ ਜਿਹੜੀ ਹੈ ਉਹ ਲੈ ਕੇ ਆ ਰਹੀ ਹੈ ਆਪਣਾ ਕੁਛ ਥੋੜ੍ਹੇ ਥੋੜ੍ਹੇ ਨਸ਼ੇ ਨਸ਼ੀਲੀ ਚੀਜ਼, ਤਾਂ ਉਹ ਉੱਥੇ ਲਾਇਆ ਹੋਇਆ ਸੀ ਅਤੇ ਇਹੀ ਲੇਡੀ ਉੱਥੋਂ ਥੋੜ੍ਹਾ ਜ਼ੋਰ ਕੇ ਉੱਥੋਂ ਆ ਰਹੀ ਸੀ ਅਤੇ ਇਹਦੇ ਨਾ ਕਾਲੇ ਰੰਗ ਦਾ ਇੱਕ ਬੈਗ ਪਾਇਆ ਹੋਇਆ ਸੀ। ਤਾਂ ਫਿਰ ਇਹਨਾਂ ਨੇ ਉੱਥੇ ਜਿਹਨੂੰ ਰਾਊਂਡ ਅਪ ਕਰਕੇ ਅਤੇ ਸਾਡੇ ਜਿਹੜੇ DSP ਨਾਰਕੋਟਿਕਸ ਹਨ ਉਹਨੂੰ ਮੌਕੇ 'ਤੇ ਬੁਲਾ ਕੇ ਅਤੇ ਤਲਾਸ਼ੀ ਲਈ, ਅਤੇ ਜਿਹਦੇ ਕੋਲ 1.5 ਕਿਲੋ ਹੈਰੋਇਨ ਡੇਰਾਬੱਸੀਆਂ ਦੇ ਵਿੱਚ। ਇਹਦੀ ਕੀਮਤ ਕਿੰਨੀ ਆ ਬਜ਼ਾਰੀ? ਇਹਦੇ ਵਿੱਚ ਜੋ ਬਜ਼ਾਰੀ ਕੀਮਤ ਕਰੀਬ 7.5-7 ਕਰੋੜ ਦੀ ਸੈਸ ਕੀਤੀ ਜਾਂਦੀ ਹੈ। ਅਤੇ ਨਾਕਾ ਸਿਰੇ ਮੁਬਾਰਕਪੁਰ ਪੁਲਿਸ ਨੇ ਲਾਇਆ ਸੀ ਇਹ? ਹਾਂਜੀ, ਇਹ ਮੁਬਾਰਕ। ਅਤੇ ਹੁਣ ਸਿਰੇ ਤਾਂ ਫਿਰ ਕੋਰਟ 'ਚ ਪੇਸ਼ ਕਰਦੇ? ਹਾਂ, ਹੁਣ ਇਹਨੂੰ ਪੇਸ਼ ਅਸੀਂ ਕਰਨ ਜਾ ਰਹੇ ਹਾਂ। ਪੇਸ਼ ਕਰਨ ਤੋਂ ਬਾਅਦ ਅਸੀਂ ਇਹਦਾ ਜੋ ਰਿਮਾਂਡ ਲਵਾਂਗੇ, ਰਿਮਾਂਡ ਦੇ ਦੌਰਾਨ ਜੋ ਪੁੱਛਗਿੱਛ ਕਰਾਂਗੇ, ਪੁੱਛਗਿੱਛ ਦੇ ਵਿੱਚ ਜੋ ਵੀ ਸਾਹਮਣੇ ਆਏਗੀ ਚੀਜ਼ ਵੀ ਇਹ ਕਿੱਥੋਂ ਸੀ, ਕੌਣ ਸੀ ਬੰਦਾ ਜਿਹੜਾ ਇਹਨੂੰ ਦੇ ਕੇ ਗਿਆ, ਅਤੇ ਬਾਕੀ ਚੀਜ਼ਾਂ ਅਸੈਸ ਕੀਤੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਵੀ ਕਿਹਦੇ ਕੋਲੋਂ ਆਈ ਹੈ ਔਰ ਕਿੱਥੇ ਇਹਨੇ ਲੈ ਕੇ ਜਾ। ਪਿੱਛੇ ਕਿੱਥੇ ਤੋਂ, ਕਿੱਥੇ ਤੋਂ ਜੀ? ਇਹ ਸਲੇਮਪੁਰ ਪਿੰਡ ਹੈ ਜੀ ਜਗਰਾਉਂ। ਕਿੰਨੀ ਉਮਰ ਹੈ ਸਰ ਇਹਦੀ? ਇਹ ਤਕਰੀਬਨ 60 ਸਾਲ ਦੇ ਕਰੀਬ। ਕਰਦੀ ਕਿਆ, ਇਹੀ ਕੰਮ ਕਰਦੀ ਕਿ ਹੋਰ ਵੀ ਆ? ਇਹ ਹਜੇ ਪੁੱਛਗਿੱਛ ਦੇ ਵਿੱਚ ਇਹਨੇ ਕੋਈ ਬਹੁਤਾ ਡਿਸਕਲੋਜ਼ ਨਹੀਂ ਕੀਤਾ ਸਾਨੂੰ। ਫੈਮਿਲੀ ਬੈਕਗਰਾਉਂਡ ਇਹਦਾ, ਇਹਦਾ ਜਿਹੜਾ ਹਸਬੈਂਡ ਸੀਗਾ ਉਹਦੀ ਡੈਥ ਹੋ ਗਈ, ਇਹਦੇ ਬੱਚਿਆਂ ਦੀ ਡੈਥ ਹੋਈ ਹੈ, ਇਕੱਲੀ ਹੀ ਰਹਿੰਦੀ ਹੈ, ਜੋ ਇਹਨੇ ਮਤਲਬ ਇਨੀਸ਼ੀਅਲ ਦੱਸੀ ਹੈ, ਬਟ ਹਜੇ ਅਸੀਂ ਡੂੰਘਾਈ 'ਚ ਜਾਣਾ। ਮਤਲਬ ਪਿੰਡ ਹੀ ਸੀ ਬਟ ਉਹ ਤੋਂ ਪਹਿਲਾਂ ਇਹਨੇ ਕਿੱਥੇ ਕਿੱਥੇ ਜਾਣਾ ਸੀ ਉਹ ਨਹੀਂ ਅਜੇ ਪਤਾ ਲੱਗਿਆ। ਠੀਕ ਹੈ।